ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਅੱਜ ਮੈਂ ਪਹੁੰਚਿਆ ਹਾਂ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਤਾਰੀਖੀ ਜਗ੍ਹਾ ਦੇ ਉੱਤੇ। ਇਹੋ ਜਿਹੇ ਸਾਰ ਜਿਹੜੇ ਨੇ ਤੁਹਾਨੂੰ ਯੂਰਪ ਦੇ ਵਿੱਚ ਤਾਂ ਸੁਣਨ ਨੂੰ ਮਿਲਦੇ ਨੇ, ਸਟੋਨ ਏਜ ਦੀ ਗੱਲ ਕਰ ਰਿਹਾ ਵਾਂ, ਸਨ ਡਾਇਲ ਦੀ ਗੱਲ ਕਰ ਰਿਹਾ ਵਾਂ, ਅਸ਼ੋਕਾ ਅਡਿਕਸ ਦੀ ਗੱਲ ਕਰਨਾ ਵਾਂ। ਇਸੇ ਤਰ੍ਹਾਂ ਹੀ ਇਹ ਜਿਹੜਾ ਤੁਸੀਂ ਸਨ ਡਾਇਲ ਦੇਖ ਰਹੇ ਹੋ, ਇਹ ਕਿੰਨਾ ਖੂਬਸੂਰਤ ਬਣਿਆ ਹੋਇਆ। ਇਹਨੂੰ ਸਨ ਡਾਇਲ ਵੀ ਕਿਹਾ ਜਾਂਦਾ, ਸਨ ਗੋਡ ਟੈਂਪਲ ਵੀ ਕਿਹਾ ਜਾਂਦਾ, ਔਰ ਵਾਰ ਪਲੇਸ ਆਫ ਦੀ ਅਸ਼ੋਕਾ ਜੀ, ਅਸ਼ੋਕਾ ਦੀ ਗ੍ਰੇਟ, ਅਸ਼ੋਕਾ ਦੀ ਲੜਨ ਦੀ ਜਗ੍ਹਾ, ਫਿਰ ਉਸ ਤੋਂ ਬਾਅਦ ਸਨ ਡਾਇਲ, ਸਨ ਗੋਡ ਦਾ ਟੈਂਪਲ, ਸਾਰੀਆਂ ਜਗ੍ਹਾ ਜਿਹੜੀਆਂ ਨੇ ਐਸੇ ਜਗ੍ਹਾ ਦੇ ਨਾਲ ਜਿਹੜੀਆਂ ਨੇ ਨਾ ਉਹ ਜੋੜੀਆਂ ਜਾਂਦੀਆਂ ਨੇ। ਅਗਰ ਤੁਸੀਂ ਦੇਖੋ, ਆਓ ਪਲੀਜ਼ ਦੇਖੋ ਤੁਸੀਂ, ਇਹ ਰੇਡੀਅਸ ਦੇ ਵਿੱਚ ਲੱਗੇ ਹੋਏ ਨੇ ਸਾਰੇ, ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਆਮ ਸਟੋਨ ਏਜ ਦੇ ਉੱਤੇ ਜਿਹੜੇ ਦੱਸੇ ਜਾਂਦੇ ਨੇ ਉਹੀ ਲੱਗੇ ਨੇ, ਉਹ ਬਿਲ ਸੇਮ ਉਸੇ ਤਰੀਕੇ ਦੇ ਨਾਲ ਲਾਏ ਗਏ ਨੇ। ਅਮੇਜ਼ਿੰਗ ਜੀ, ਮੈਨੂੰ ਨਹੀਂ ਸੀ ਪਤਾ ਕਿ ਇਸ ਜਗ੍ਹਾ ਦੇ ਉੱਤੇ ਇਹਨੂੰ ਅਸੋਟਾ, ਇਸ ਜਗ੍ਹਾ ਦੇ ਵਿੱਚ ਅਸੋਟਾ ਕਿਹਾ ਜਾਂਦਾ ਜੀ, ਔਰ ਖੈਬਰ ਪਖਤੂਨਖਵਾ ਦੇ ਵਿੱਚ ਇਹ ਜਗ੍ਹਾ ਸਵਾਬੀ ਜਿਹੜੀ ਤਹਿਸੀਲ ਹੈ, ਜ਼ਿਲ੍ਹਾ ਮਰਦਾਨ ਹੈ ਇਹਦਾ ਕੰਮਾ ਜੀ, ਤਹਿਸੀਲ ਜ਼ਿਲ੍ਹਾ ਸਵਾਬੀ ਹੈ ਜੀ, ਔਰ ਇਹ ਅਸੋਟਾ ਹੈ ਜੀ, ਜਗ੍ਹਾ ਦਾ ਨਾਮ ਅਸੋਟਾ, ਯਾਨੀ ਕਿ ਅਸ਼ੋਕਾ ਦੇ ਨਾਮ ਤੋਂ ਹੀ ਅਸੋਟਾ। ਵੈਸੇ ਤਾਂ ਇਹਨੂੰ ਖੜ੍ਹੇ ਪੱਥਰਾਂ ਦੀ ਜ਼ਮੀਨ ਵੀ ਕਿਹਾ ਜਾਂਦਾ ਹੈ ਕਿ ਜੀ, ਲੋਕਲ ਜ਼ਬਾਨ 'ਚ ਇੱਥੇ ਪਸ਼ਤੋ ਦੇ ਵਿੱਚ ਲਤੇ ਗਟੇ, ਯਾਨੀ ਕਿ ਖਲੋਤੇ ਹੋਏ ਪੱਥਰ ਵੀ ਕਿਹਾ ਜਾਂਦਾ ਹੈ। ਤੁਸੀਂ ਦੇਖੋ ਸੇਮ ਉਸੇ ਤਰ੍ਹਾਂ ਹੀ ਉਲਾੜੇ ਗੱਟੇ ਔਰ ਲਤੇ ਗਟੇ, ਇਸ ਤਰ੍ਹਾਂ ਕਰਕੇ ਇਹ ਪੱਥਰ ਪੂਰੇ ਇਸ ਜਗ੍ਹਾ ਦੇ ਉੱਤੇ ਲੱਗੇ ਹੋਏ ਸੀ, ਸਨ ਡਾਇਲ ਦੀ ਡਾਇਰੈਕਸ਼ਨ ਦੇ ਵਿੱਚ ਕੁਛ ਪੱਥਰ ਇਹ ਪਏ ਹੋਏ ਨੇ ਇਹਦੇ, ਤੁਸੀਂ ਦੇਖ ਸਕਦੇ ਹੋ, ਅਗਰ ਇਹਨਾਂ ਨੂੰ ਵੀ ਖੜ੍ਹਾ ਕੀਤਾ ਜਾਵੇ ਇਸੇ ਡਾਇਰੈਕਸ਼ਨ ਦੇ ਉੱਤੇ ਤਾਂ ਪੂਰੀ ਜਿਹੜੀ ਹੈ ਉਹ ਪੂਰੀ ਲਾਈਨ ਬਣਦੀ ਹੈ, ਇੱਕ ਸਨ ਲਾਈਨ ਕਹਿ ਲਓ ਤੁਸੀਂ ਸਨ ਡਾਇਲ ਦੇ ਤੌਰ ਦੇ ਉੱਤੇ। ਇਹ ਦੇਖੋ ਤੁਸੀਂ ਖੂਬਸੂਰਤ ਹਿਸਟੋਰੀਕਲ ਪਲੇਸ ਹੈ, ਅਗਰ ਇਹਨੂੰ ਹਾਈਲਾਈਟ ਕੀਤਾ ਜਾਵੇ ਤਾਂ ਇੱਕ ਵੱਡੀ ਟੂਰਿਸਟ ਪਲੇਸ ਬਣ ਸਕਦੀ ਹੈ ਜੀ। ਜਰਮਨ ਔਰ ਫਰਾਂਸ ਦੇ ਜਿਹੜੇ ਸਾਇੰਟਿਸਟ ਨੇ ਉਹ ਇੱਥੇ ਆਏ, ਹਿਸਟੋਰੀਅਨ ਇੱਥੇ ਆਏ, ਔਰ ਉਹਨਾਂ ਨੇ ਇਸ ਜਗ੍ਹਾ ਨੂੰ ਆ ਕੇ ਬਿਲਕੁਲ ਸੇਮ ਉਹੀ ਸਟੋਨ ਏਜ ਵਾਲਾ ਜਿਹੜਾ ਉਹਦੇ ਨਾਲ ਹੀ ਇਹਨੂੰ ਜੋੜਿਆ। ਬਹੁਤ ਪਿਆਰੀ ਜਗ੍ਹਾ, ਲੱਤੇ ਗੱਟੇ, ਖਲੋਤੇ ਵੱਟੇ, ਖਲੋਤੇ ਪੱਥਰ, ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ।